ਅਗਰ ਕਾਰਵਾਈ 855 ਨੇ ਸਾਥ ਦਿਆ ਹੁਣ ਮੇਰਾ ਸਰਪੰਚ ਦਾ ਸਰਪੰਚ ਨੇ ਪਤਾ ਨਹੀਂ ਕਿਹੜੀ ਕਿਹੜੀ ਗਾਲ ਕੱਢੀ ਸੀ ਹਾਂ ਕਦੀ ਮੁੜਕਾ ਐਕਟਿਵਾ ਵਾਪਸ ਨਾ ਯਾਰ ਕਹਿ ਰਿਹਾ ਗਲਤ ਕਰਿਆ ਉਹ ਜੇਕਰ ਬਾਈ ਥਾਵੇਂ ਵੀ ਫਨੀ ਵਲੌਗ ਦੇਖਣੇ ਕੇ ਚਾਹਵਾਨ ਆ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਥਾਵੇਂ ਸਾਰੇ ਹੋਵਾਂਗੇ ਵਧੀਆ ਆਲ ਗੁੱਡ ਬਾਈ ਕੱਲ੍ਹ ਵਾਲੀ ਵੀਡੀਓ ਮੈਂ ਤੁਹਾਨੂੰ ਦੇਖਿਆ ਤਾਂ ਪ੍ਰੀਤ ਖੜ ਗਿਆ ਤਾ ਚਲਾ ਦਿਆ ਦੁਬਾਰਾ ਇਹ ਵਜਾਉਂਵਾਂ ਦੁਬਾਰਾ ਅੱਜ ਨੈਕਸਟ ਡੇ ਹੋ ਗਿਆ ਬਾਈ ਕੱਲ੍ਹ ਰੀਪਰ ਵੀ ਖਰਾਬ ਹੋ ਗਿਆ ਤਾਂ ਰੀਪਰ ਠੀਕ ਕਰਨ ਦੇ ਦਈਏ ਰਿਪੇਅਰ ਵਾਸਤਾ ਅੱਜ ਜਾ ਆ ਗੁਰਬਕੀ ਥੋੜ੍ਹੀ ਬਣ ਰਹੀ ਆ ਗੁਰਬਕੀ ਇੱਕ ਦੋ ਟਰਾਲੀ ਰਹਿ ਗਈ ਦੀ ਕੱਲ੍ਹ ਤਾਂ ਅੱਜ ਆਪਣਾ ਨੰਬਰ ਲੱਗੇਗਾ ਨਹੀਂ ਲੱਗੇਗਾ ਲੱਗੇਗਾ ਜਾਂ ਨਹੀਂ ਲੱਗੇਗਾ ਉਹ ਬਾਈ ਪਰੇ ਜਾ ਕੇ ਡਿਸਾਈਡ ਪਤਾ ਲੱਗੇਗਾ ਵੀ ਅੱਜ ਉਹਨੂੰ ਕੰਮ ਨਿਬੜ ਜਾ ਔਰ ਬਾਕੀ ਟਰੈਕਟਰ ਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਵੀ ਕੈਸਾ ਚੱਲ ਰਿਹਾ ਕੈਸਾ ਨਹੀਂ ਚਲਾਂ ਜੀ ਬਾਈ ਖੇਤ ਮਾਂ ਫਿਰ ਤੁਹਾਨੂੰ ਦੱਸਾਂਗੇ ਅਗਲੀ ਡਿਟੇਲ ਹੋ ਗਿਆ ਬਾਈ ਟਰੈਕਟਰ ਅੱਜ ਫਿਰ 855 ਚੱਲ ਰਿਹਾ ਪ੍ਰੀਤ ਮਾਲਾਗਾ ਹੋ ਗਿਆ ਕੰਮ ਖਰਾਬ ਬਾਕੀ ਉਸ ਕਾ ਇਹੋ ਹੀ ਰਹਿ ਗਿਆ ਕੰਮ ਇੱਕ ਟਰਾਲੀ ਹੋਰ ਬਣ ਗਈ ਆਪਣੀ ਡੋਲ ਗਲ ਡੋਲ ਆ ਗੋਰੂ ਗਲ ਹੋਰ ਬਹੁਤ ਜਾ ਰਿਹਾ ਚਾਚੇ ਤੇ ਪੁੱਛਾਂ ਉਹ ਹਾਂ ਚਾਚਾ ਨਾ ਨਾ ਪ੍ਰੀਤ ਕਹਾਂ ਗਿਆ ਖਤਮ ਹੋ ਗਿਆ ਕਹਾਂ ਗਿਆ ਇਹ ਘਰਾਂ ਖੜਾਰ ਗਿਆ ਘਰਾਂ ਖੜਾਉਣੇ ਵਾਸਤੇ ਲਏ ਉਸਨੂੰ ਜਲੰਧਰ ਦੇ ਯਾਰ ਕੱਲ੍ਹ ਤੋਂ ਠੀਕ ਕਰਕੇ ਗਏ ਤੇ ਠੀਕ ਹੈ ਅੱਜ ਸਵੇਰ ਚ ਲਾਇਆ ਤਾ ਕਿੰਨਾ ਕਿਤੇ ਲਿਆ ਦੋ ਤਿੰਨ ਗੇੜੇ ਬਸ ਕੱਲ੍ਹ ਨੂੰ ਚਲਾਇਆ ਤਾ ਕੱਲ੍ਹ ਠੀਕ ਤਾ ਔਖਾ ਲੱਗਾ ਹੈ ਨਾ ਕੋਈ ਮੇਲ ਤੇਲ ਨੀ ਹੈ ਨਾ ਪੂਰਾ ਨਜ਼ਾਰਾ ਦੇ ਰਿਹਾ ਹਾਂ ਬਾਰਸ ਹੋ ਰਹੀ ਨਹੀਂ ਕਲੱਚ ਕਹਿ ਲੈਣਾ ਡਰਾਈਵਰ ਨੂੰ ਕਿਆ ਪਰਵਾਹ ਆ ਮੈਂ ਤਾਂ ਝੋਟੇ ਟਰੈਕਟਰ ਨਾਲ ਸਦਾ ਬਾਹਰ ਚੀਜ਼ਾਂ ਇਨਿੰਗ ਕਰਕੇ ਤਾਂ ਲੋਕ ਥੋੜ੍ਹੇ ਜਿਹੇ ਜਦ ਪ੍ਰੀਤ ਆਪਾਂ ਨੇ ਲਿਆ ਤਾਂ ਨੈਗੇਟਿਵ ਕਮੈਂਟ ਕਰਦੇ ਬਾਈ ਥੋੜ੍ਹੇ ਦਿਨ ਚਲਾ ਗਾ ਦੇਖੀ ਸਕਾ ਹੋ ਜਾਗਾ ਮੈਂ ਸੋਚਦਾ ਬਾਈ ਨਹੀਂ ਗਲਤ ਕਹਿ ਰਹੇ ਹੁਣ ਲੋਕ ਪਰ ਲੋਕ ਸੱਚੇ ਆ ਬਾਈ ਮਾਰੇ ਆਪਣੇ ਬਾਈ ਬੀਤਰੀ ਕਿੰਨੇ ਕੁ ਦਿਨ ਹੋਏ ਆਪਾਂ ਨੂੰ 5-7 ਦਿਨ ਹੋਏ ਰੀਪਰ ਮਲਾਏ ਨੂੰ 5-7 ਦਿਨ ਮੈਂ ਇਹ ਦੇਖਾਂ ਬਾਈ ਚਲਾ ਗਾ ਨਹੀਂ ਹੋਰ ਅੱਗਾ ਕਿਆ ਚੱਕਰ ਆ ਰਿਹਾ ਕਿਆ ਨਹੀਂ ਹੈ ਰਿੰਕੂ ਜੋ ਵਧੀਆ ਚੱਲਦਾ ਹੋਣਾ ਟਰੈਕਟਰ ਤੋਂ ਹੈ ਹੋਰ ਬਾਈ ਇਸਕੇ ਕਲੱਚ ਮਾਰ ਉਸਕੇ ਕਲੱਚ ਮਾਰ ਜ਼ਮੀਨ ਆਸਮਾਨ ਕਾ ਫਰਕ ਆ ਠੀਕ ਹੈ ਹੋ ਗਿਆ ਬਾਈ ਉਹ ਰਿੰਕੂ ਵੀਰ ਚ ਲੜਦਾ ਉਹ ਕਹਿ ਰਿਹਾ ਬਾਈ ਉਸਕਾ ਕਲੱਚ ਤਾਂ ਹੋਣੀ ਦਵਾ ਅਰੇ ਉਹ ਚੀਜ਼ਾਂ ਨੇ ਯਾਰ ਦੇਖ ਕਿੰਨਾ ਹਲਕਾ ਉਹ ਸਾਲਾ ਦੱਬਦੇ ਹੋਏ ਬੁਰਾ ਹਾਲ ਆਏ ਉਹ ਵੀ ਆਈ ਪੀ ਟੀ ਓ ਕਰਕੇ ਬਾਈ ਬਹੁਤ ਫਰਕ ਹੈ ਇਸ ਚੀਜ਼ ਆਖਿਰਕਾਰ 855 ਨਹੀਂ ਸਾਥ ਦੀਆ ਨਾ ਉਹ ਪਾਓ ਸੱਟ ਪਵਾਂਗੇ ਕਲੱਚ ਟਾਇਟ ਆ ਬਾਈ ਇਸਕਾ ਬਾਈ ਇਸਕੇ ਕਲੱਚ ਕਲੁੱਚ ਕਾ ਨਹੀਂ ਕੋਈ ਹੱਲ ਹੋ ਸਕਦਾ ਯਾਰ ਬਹੁਤ ਭਾਰੀ ਹੈ ਯਾਰ ਲੱਤ ਦੇ ਦੇਖੇ ਯਾਰ ਦੱਬ ਕੇ ਨਹੀਂ ਕਹਿੰਦੇ ਜਾਂਦੇ ਉਹ ਬਰਾਨੀ ਕੱਟਣੀ ਪੜਾਗੀ ਤੇ ਉਹ ਤਾਂ ਪੁੱਗਿਆ ਚ ਖੇੜੇ ਵਿੱਚ ਚੜਾ ਜਾਗਾ ਹੈ 101 ਰੁਪਏ ਕੇ ਬਚਣਾ ਪਤਾਸੇ ਜਾਗਾ ਸਾਲੇ ਛੁੱਟ ਗਈ ਜਾਨ ਤੇਰੀ ਅੱਜ ਪੂਰਾ ਫਸ ਗਏ ਪਤਾ ਨਹੀਂ ਕੀ 45 ਫਸੀ ਰਹਾ ਗਈ ਹੈ ਦਮ ਵੀ ਰੱਖਿਆ ਦਮ ਨੇ ਰੱਖਿਆ ਹੈ ਹਾਂ ਹਾਂ ਵੀ ਟਰੈਕਟਰ ਲਿਆਉਂਗਾ ਆਪਣੇ ਵਾਲਾ ਕਿਹੜੀ ਕਿਹੜੀ ਗਾਲ ਕੱਢੀ ਸੀ ਮੁੜਕਾ ਐਕਟਿਵਾ ਵਾਪਸ ਨਾ ਯਾਰ
ਨਾ ਨਾ ਬਾਈ ਮਾਰਾ ਤਾਂ ਛੋੜ ਦੇ ਚਾਹ ਪਿੱਛੋਂ ਛੋੜ ਦੇ, ਹਮ ਤਾਂ ਆਪਣਾ ਤੇਲ ਪਾ ਕੇ ਵੀ ਤੂੜੀ ਬਣਾ ਲੇਗੇ, ਮਾਨੂੰ ਰਿਪਰ ਰਿਪਰ ਦੇ ਦੇ, ਟਿੱਪਾਂ ਟੁੱਪਾਂ ਲਾ ਗਿਆ ਸੀ, ਮਾਨੂੰ ਟਰੈਕਟਰ ਕੀ ਲੋੜ ਹੈ, ਹਮ ਤਾਂ ਆਪਣੇ ਤੇ ਬਣਾ ਲੇਗੇ। ਪਰ ਜਾਨ ਛੱਡੋ ਇਸਦੇ ਤੇ, ਉਹ ਬਾਈ ਭਾਵੇਂ ਜੋ ਲੱਤ ਇਸ ਤਰ੍ਹਾਂ ਲੱਗ ਰਹੀ ਜਿਸ ਤਰ੍ਹਾਂ ਉਹ ਮੈਨੇ ਦੇਖ ਲਏ ਤਰਕ ਤੇਰਾ ਕਦਕਾ ਬਣਾਉਣ ਲੱਗ ਰਿਹਾ, ਤਾਂ ਮੈਂ ਜਦ ਕ ਨਹੀਂ ਪਤਾ ਲੱਗਿਆ ਇਸ ਕਾ ਇੱਕੋ ਗੇੜਾ ਗੱਡਾ ਆਪਣੇ ਕਿਲੇ ਗਾ ਬਾਈ। ਜੋ ਮਰਜ਼ੀ ਕਰੀ ਜੀ ਉਹ ਬਾਈ ਆਪਣੇ ਬਾਈ ਲੱਗਿਆ ਤਾ ਟਰਾਲੀ ਭਰ ਕੇ ਆਉਣੀ, ਮੈਂ ਜੋ ਟਰੈਕਟਰ ਲੈ ਕੇ ਜਾ ਰਿਹਾ ਬਾਈ, ਟਰਾਲੀ ਲਿਆਵਾ ਦੇਖੋ ਚੱਲ ਰਿਹਾ ਰਿਪਰ, ਥੋੜ੍ਹੀ ਜਿਹੀ ਜੂੜ ਛੋੜ ਰਿਹਾ ਤਾਂ ਬਲੇਡ ਬਲੂਡ ਟੁੱਟ ਗਏ ਤੇ ਬਲੇਡ ਪਾਉਣ ਲੱਗਿਆ ਕ੍ਰਿਸ਼ਨਾ, ਮੈਂ ਫਿਰ ਘਰ ਆ ਗਿਆ ਤਾ ਬਾਈ। ਦੇਖੋ ਬਾਈ ਮਾਰੇ ਗੁਆਂਢੀ ਜੋ ਇਹਨੂੰ ਉਰੀ ਦਿਖਾ ਨਾ ਪੱਗ ਮਾਰ ਦੂੰ, ਇਹਨੇ ਸਾਈਡ ਮਾਰ ਲਾ ਦੇ ਕਰ। ਅੱਜ ਬਾਈ ਤੂੜੀ ਪਾਉਣ ਲੱਗੀ ਤੀ ਆਪਣੀ, ਅੱਜੋ ਕੰਮ ਖਰਾਬ ਹੋ ਗਿਆ, ਬਾਰਿਸ਼ ਪੜ ਗਈ ਬਾਈ, ਬਾਰਿਸ਼ ਆ ਗਈ ਸੀ, ਇੱਕੋ ਟਰਾਲੀ ਬਣੀ ਆ ਥੋੜ੍ਹਾ ਭੱਜ ਗਿਆ ਜੀ, ਕਿੱਦਾਂ ਹੋ ਗਿਆ ਬਾਈ ਦੰਦ ਆਹਾਂ ਕੰਮ ਚਲੇ ਕਰਾ। ਦੇਖੋ ਬਾਈ ਕੱਲ ਕੋਈ ਜੇ ਰਾਤ ਨੂੰ ਨਾ ਬਰਸਿਆ ਰੱਬ ਤਾਂ ਫਿਰ ਕੱਢੂ ਲੱਗੇਗਾ ਬਾਈ, ਤਾਂ ਅੱਜ ਵਾਲਾ ਤਾਂ ਕੰਮ ਖਰਾਬ ਹੋ ਗਿਆ ਬਹੁਤ, ਟਾਈਮ ਦਿੱਤਾ ਕਰ 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 ਇੱਕ ਲਵਾਇਆ, ਇਤਨੇ ਦਿਨਾਂ ਬਾਅਦ ਵੇਟ ਕਰ ਕਰ ਬਾਈ। ਇੱਕ ਟਰਾਲੀ ਬਣੀ ਦੀ ਉਹ ਵੀ ਆਪਾਂ ਹੁਣ ਕੀ ਦੇ ਆਏ ਜੀ, ਵੀ ਆਪਾਂ ਨੇ 10 ਟਰਾਲੀ ਦੇ ਦੀ ਕਿਉਂਕਿ ਆਪਣੇ ਤੂੜੀ ਹੈ ਨਹੀਂ ਦੀ, ਫਿਰ ਬਾਈ ਉੱਧਰ ਬਣਾ ਦੇਗਾ ਟਰਾਲੀ ਆਇਆ, ਮੈਂ ਚੱਲ ਇੱਕ ਬਣੀ ਆ ਘਰਾਂ ਕਾਹਨੂੰ ਲੈ ਕੇ ਮੈਂ ਉਹ ਦੇ ਆਊਂਗਾ ਘਰਾਂ ਕਾ। ਦੇਖਿਆ ਇਹ ਕੁਮਾਰੀ ਮੈਡਮ ਚਸ਼ਮੇ ਲਾ ਕੇ ਤਾਂ ਇਸ ਤਰ੍ਹਾਂ ਬੈਠੀ ਮੰਮੀ ਯਾਰ, ਉਹਨੇ ਫਗੜ ਲਿਆ ਨਹੀਂ ਪਹਿਲਾਂ ਇਸ ਤਰ੍ਹਾਂ ਲਾ ਕੇ ਬੈਠੀ ਸੀ ਪੂਰਾ ਵਧੀਆ, ਕਿਆ ਦੇਖੀ ਜਾ ਰਿਹਾ ਮੈਂ ਸਮਾਂ ਫਿਰ ਮੈਂ ਘਰ ਦੀ ਫੋਨ ਦਿਖਾ ਦੇ। ਅੱਜ ਤੁਹਾਨੂੰ ਬਾਈ ਦੇਖਿਆ ਤਾਂ ਅੱਜ ਫਿਰ ਬਾਈ ਮਕੈਨਿਕ ਬੁਲਾਏ ਦੇ ਆਪਾਂ ਨੇ ਪ੍ਰੀਤ ਵਾਲਿਆਂ ਕੇ, ਅੱਜ ਬਾਈ ਮਕੈਨਿਕ ਕੇ ਸਾਥ ਬਈ ਗੈਲ ਬਾਈ ਇੰਜੀਨੀਅਰ ਵੀ ਆਇਆ ਤਾ, ਜਿਹੜਾ ਕੋਈ ਬੰਦਾ ਵਧੀਆ ਤਾ ਉਹ ਚੰਗੀ ਤਰ੍ਹਾਂ ਉਸਨੂੰ ਦੱਸੀ, ਉਸਨੇ ਬਾਈ ਨੇ ਵੀ ਮਾਰੀ ਚੰਗੀ ਤਰ੍ਹਾਂ ਬਾਤ ਸੁਣੀ, ਔਰ ਬਾਈ ਉਹ ਘੱਟੋ ਘੱਟ 2-3 ਘੰਟੇ ਮਾਰ ਪਾ ਲੱਗ ਗਿਆ, ਉਹ ਕਹਿ ਰਿਹਾ ਬਾਈ ਆਪਣੀ ਮਨ ਕੀ ਤਸੱਲੀ ਕਰੋ, 2 ਘੰਟੇ ਲਾਓ, 3 ਘੰਟੇ ਰੱਖੋ ਮੈਨੂੰ, ਜਦ ਤੱਕ ਸਾਰੀ ਤਸੱਲੀ ਨਹੀਂ ਹੁੰਦੀ ਕਹਿ ਰਿਹਾ ਜਦ ਤੱਕ ਮੈਂ ਜਿੰਦਾ ਨਹੀਂ। ਤੋ ਬਹੁਤ ਅੱਛੀ ਬਾਤ ਲੱਗੀ ਮੈਨੂੰ ਬਈ, ਉਹ 2-3 ਘੰਟੇ ਬੈਠੇ ਰਹੇ ਬਾਈ, ਕਣੀਆਂ ਵੀ ਪੜਨ ਲੱਗੀ, ਗਿੱਲਾ ਹੋਈ ਆ, ਜਾਣ ਚੱਲਦਾ ਰਿਹਾ, ਟਰੈਕਟਰ ਵਧੀਆ ਚੱਲਦਾ ਰਿਹਾ, ਮੰਨ ਕੇ ਚੱਲ ਜਦ ਫਿਰ ਜ਼ਿਆਦਾ ਬਾਰਿਸ਼ ਆ ਗਈ ਫਿਰ ਟਰੈਕਟਰ ਰੋਕਣਾ ਪੜਿਆ, ਨਹੀਂ ਅਦਰਵਾਈਜ਼ ਟਰੈਕਟਰ ਚੱਲਦਾ ਜੀ, ਕੋਈ ਗਰਮ ਨਹੀਂ ਹੋ ਰਿਹਾ ਹੈ। ਬਾਕੀ ਬਈ ਕੱਲ੍ਹ ਨੂੰ ਵੀ ਚਲਾ ਗਿਆ ਟਰੈਕਟਰ, ਫਿਰ ਜੇ ਕੋਈ ਦਿੱਕਤ ਰੱਬ ਨਾ ਕਰਾ ਤੋ ਆਵਾ ਨਾ ਬਈ, ਕੋਈ ਕਿਸਾਨ ਕਾ ਵੀ ਨੁਕਸਾਨ ਹੋਆ, 4 ਦਿਨ ਸੀਜ਼ਨ ਕਾ ਹੋਆ, ਮੈਂ ਤਾਂ ਹੋਈ ਵਾਗ ਰਿਕੁਐਸਟ ਕਰਾਂ ਆ। ਬਾਕੀ ਤੂੜੀ ਬਣਾ ਹੀ ਕੱਲ੍ਹ ਨੂੰ ਦੇਖੀ ਜਾ ਗਈ ਵੀ ਕੈਸੇ ਚਲਾ ਗਿਆ ਟਰੈਕਟਰ ਕੈਸੇ ਨਹੀਂ, ਔਰ ਅੱਜ ਕੀ ਵੀਡੀਓ ਕੈਸੀ ਲੱਗੀ ਬਾਈ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਜਿਨ੍ਹਾਂ ਵੀਰਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰਕੇ ਬਾਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ, ਥੈਂਕ ਯੂ।